माता जी मिलना है भगवंत मान मैं मिन्नत करनी सी प्यो सानू स्टाफ चंडीगढ़ लैके फड़के मैं रहा 15-16 दिन रहा 8 दिन इतना चंडीगढ़ रहा 8 दिन मणिमाजरे रहा ਭੁੱਲਰ ਦਾ ਪਿਓ 8 ਦਿਨ ਸਾਡੇ ਨਾਲ ਰਿਹਾ ਭੁੱਲਰ ਦੇ ਪਿਓ ਤਾਂ ਏਡੇ ਏਡੇ ਮੁੰਗਲੀਆਂ ਮਾਰਦੇ ਰਹੇ ਭੁੱਲਰ ਦਾ ਪਿਓ ਅੱਜ ਤੱਕ ਕਦੇ ਛੱਡਿਆ ਸੈਣੀ ਨੇ ਮਾਰਤਾ ਮਾਸੜ ਮਾਰਤਾ ਨਹੀਂ ਤੁਹਾਡੇ ਨਾਲ ਸਹਿਮਤ ਹਾਂ ਜੀ ਤੁਹਾਨੂੰ ਮੈਂ ਸਹੀ ਦੱਸਾਂ ਸਾਡੇ ਉਹ ਘਰੇ ਆ ਅਸੀਂ 2-2 ਮਹੀਨੇ ਦਿਆਲਪੁਰ ਥਾਣੇ 'ਚ ਫੜੇ ਰਹੇ ਹਾਂ 3-3 ਮਹੀਨੇ ਤੁਹਾਨੂੰ ਮੈਂ ਸਹੀ ਦੱਸਾਂ ਘਰ ਸਾਡੇ ਪੱਠੇ ਪਾਉਣ ਵਾਲਾ ਠੀਕ ਹੈ ਜੀ ਉਹਦੀ ਗੱਲ ਸਹੀ ਹੈ ਇਨਸਾਫ਼ ਮਿਲਣਾ ਅੱਛਾ ਹੁਣ ਵੀ ਆ ਸਾਰੇ ਭਰਾ ਵੇਖ ਕੇ ਆਏ ਨੇ ਭੁੱਲਰ ਦਾ ਘਰ ਬੰਦੇ ਮੈਂ ਤੁਹਾਨੂੰ ਹੁਣ ਭੁੱਲਰ ਦਾ ਘਰ ਬੰਦੇ ਕੋਠੇ ਜਿਹੜੀਆਂ ਨੇ ਅੜੀਆਂ ਬਾਲਿਆਂ ਦੇ ਸਾਡੇ ਚਾਚੇ ਨੇ ਪਾਏ ਸੀ ਭੁੱਲਰ ਦਾ ਪਿਓ ਸਾਡਾ ਚਾਚਾ ਲੱਗਦਾ ਅਸੀਂ ਉਹ ਭੁੱਲਰ ਦੇ ਤਾਏ ਦੇ ਪੁੱਤ ਆ ਆਹ ਕੜੀਆਂ ਵਾਲੇ ਡਿੱਗਦੇ ਜਾਂਦੇ ਨੇ ਬੰਨਦੇ ਕਮਰਾ ਬੰਨਦੇ ਬਾਕੀ ਸਿਹਤ ਵੀ ਇਹਨਾਂ ਦੀ ਚਲੋ ਤੁਸੀਂ ਭਗਵੰਤ ਤੋਂ ਸਮਾਂ ਲੈ ਲਓ ਦੇਖੋ ਭਗਵੰਤ ਹੁਣ ਮਾਤਾ ਜੀ ਤੋਂ ਸਮਾਂ ਲੈ ਲਓ ਜਿਵੇਂ ਉਹਨਾਂ ਨੂੰ ਖੁਸ਼ੀ ਹੋਈ ਸੀ ਕਿ ਮੇਰਾ ਪੁੱਤ ਮੁੱਖ ਮੰਤਰੀ ਬੜੇ ਜਜ਼ਬਾਤੀ ਹੋ ਗਏ ਤੇ ਮੈਨੂੰ ਕਿਹਾ ਭੁੱਲਰ ਦੀ ਮਾਂ ਦੁਨੀਆਂ 'ਚ ਤੁਰ ਗਈ ਆਪਦੇ ਪੁੱਤ ਨੂੰ ਦੇਖ ਲਈ ਚਲੋ ਹੁਣ ਭੁੱਲਰ ਮਾਂ ਨੂੰ ਤਾਂ ਨਹੀਂ ਮਿਲ ਸਕਦਾ ਘੱਟੋ ਘੱਟ ਮਾਂ ਦੇ ਸਿਵੇ ਤੇ ਜਾ ਕੇ 10 ਮਿੰਟ ਰੋ ਤਾਂ ਲਊ ਨਾ ਬਾਹਰ ਆ ਕੇ ਅੱਛਾ ਇਹ ਅਸੀਂ ਕੋਈ ਨਹੀਂ ਸਾਰੇ ਭਰਾ ਜਿਹਨੇ ਇਕੱਠੇ ਹੋ ਕੇ ਤੁਸੀਂ ਦੇਖੋ ਬੇਨਤੀ ਹਰ ਇੱਕ ਬੰਦਾ ਕਹਿੰਦਾ ਵੀ ਭਗਵੰਤ ਕਹਿੰਦਾ ਵੀ ਲੀਡਰ ਸਾਹਮਣੇ ਆਓ ਬਹਿ ਕੇ ਗੱਲ ਨਹੀਂ ਕਰਦੇ ਹੁਣ ਅੱਜ ਅਸੀਂ ਤੁਹਾਨੂੰ ਬੇਨਤੀ ਕਰਨ ਆਏ ਤੁਸੀਂ ਭਗਵੰਤ ਦੇ ਭਰਾਂਗੇ ਭਗਵੰਤ ਨੂੰ ਕਹੋ ਵੀ ਬੈਠੇ ਜਿਹੜਾ ਇਹ ਪਰਿਵਾਰ ਨਾਲ ਭੁੱਲਰ ਦੇ ਪਰਿਵਾਰ ਨਾਲ ਜਾਂ ਜਿਹੜੇ ਸਿੱਖ ਵੀਰ ਕਹਿ ਰਹੇ ਆ ਉਹ ਤੇ ਬਹਿ ਕੇ ਆਪਦਾ ਸਪਸ਼ਟੀਕਰਨ ਦੇ ਦੇਣ ਕੀ ਸੱਚਾ ਕੀ ਝੂਠਾ ਮੀਡੀਆ 'ਚ ਅੱਛਾ ਜਿਹੜਾ ਵੋਟਾਂ ਵਾਸਤੇ ਆਂਦਾ ਇੰਨੀ ਪਚਾਇਦ ਹਾਂ ਆਪਣਾ ਕੀ ਆ ਆਪਣਾ ਮਹਿੰਦਰ ਸਿੰਘ ਦਾ ਮੁੰਡਾ ਜਿਹੜਾ ਪਹਿਲਾਂ ਵੋਟਾਂ 'ਚ ਖਲੋਤਾ ਸੀ ਕੀ ਉਹਨਾਂ ਨਾਲ ਜਿਹੜੇ ਆਪਣੇ ਹਲਕੇ ਤੋਂ ਖਲੋਤਾ ਸੀ ਵੋਟਾਂ 'ਚੋਂ ਬਿੱਟੀ ਉਹਨਾਂ ਨਾਲ ਨਾ ਬਿੱਟੀ ਆ ਪਰ ਜਦੋਂ ਵੋਟਾਂ ਪਈਆਂ ਸਾਡੇ ਘਰੇ ਵੀ ਗਿਆ ਅਸੀਂ ਵੋਟਾਂ ਵੀ ਪਾਈਆਂ ਤਿੰਨ ਮੈਂ ਸਹੀ ਦੱਸਾਂ ਗੱਲ ਇੰਨੇ ਬੰਦੇ ਸੁਣਦੇ ਅਸੀਂ ਵੋਟਾਂ ਵੀ ਪਾਈਆਂ ਆਮ ਆਦਮੀ ਪਾਰਟੀ ਨਾਲ ਹੀ ਸੀ ਇਹ ਆਮ ਪਾਰਟੀ ਨਾਲ ਐਸ ਕਿ ਹੁਣ ਮੈਂ ਵੇਖ ਉਧਰ ਨੂੰ ਸਾਡੇ ਘਰੇ ਆ ਮੈਂ ਸਾਰੇ ਬੰਦੇ ਨੂੰ ਆਉਂਦਾ ਵੀ ਮੈਂ ਕਿਹੜਾ ਆਪਣਾ ਬਲਕਾਰ ਸਿੱਧੂ ਆ ਇਹਨੂੰ ਮਿਲਣਾ ਚਾਹੁੰਦਾ ਹਾਂਜੀ ਹਾਂਜੀ ਕਿਉਂਕਿ ਤਾਈਓ ਭਾਈ ਜੀ ਨਹੀਂ ਸੱਜੇ ਨਹੀਂ ਤੇ ਸਾਨੂੰ ਉਹਨੂੰ ਮਿਲਣਾ ਚਾਹੁੰਦਾ ਕੋਈ ਬੇਨਤੀ ਕਬੂਲ ਹੈ ਹਾਂਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਗਿਆਨ ਸਿੰਘ ਇਹ ਗਿਆਨ ਸਿੰਘ ਭਗਵੰਤ ਮਾਨ ਸਿੰਘ ਉਹਨਾਂ ਦੇ ਭਰਾ ਨੇ ਅੱਜ ਅਸੀਂ ਇਹਨਾਂ ਦੇ ਪਿੰਡ ਘਰੇ ਖੜੇ ਆ ਤੇ ਪਹਿਲਾਂ ਤਾਂ ਵਧਾਈਆਂ ਦਿੱਤੀਆਂ ਬਾਈ ਹੁਣਾਂ ਨੂੰ ਵੀ ਤੇ ਤੁਹਾਡੇ ਭਰਾ ਨੂੰ ਮੁੱਖ ਮੰਤਰੀ ਦਾ ਕੈਂਡੀਡੇਟ ਆ ਜਿਹੜਾ ਅਨਾਉਂਸ ਕੀਤਾ ਗਿਆ ਸੋ ਇਹਨਾਂ ਨੇ ਵਾਅਦਾ ਕੀਤਾ ਵੀ ਭਗਵੰਤ ਜਿਹੜਾ ਮਾਨ ਨੂੰ ਪਰਿਵਾਰ ਨਾਲ ਭੁੱਲਰ ਦੇ ਪਰਿਵਾਰ ਨਾਲ ਤੇ ਜਿਹੜੇ ਸੰਗਤ ਦੇ ਸਵਾਲ ਜਵਾਬ ਆ ਉਹ ਜਿਹੜੇ ਆ ਉਹ ਦੇਣਗੇ ਸੋ ਅੱਜ ਇਹਨਾਂ ਵੀਰ ਵੀਰ ਤੁਸੀਂ 2 ਮਿੰਟ ਬੋਲ ਦਿਓ ਹਾਂਜੀ ਬੈਗੁਰ ਸਾਹਿਬ ਬੈਗੁਰ ਜੀ ਫਤਿਹ ਜੇ ਜੋ ਵੀ ਭੁੱਲ ਸਾਹਿਬ ਦੀ ਰਿਹਾਈ ਦੀ ਮੰਗ ਹੈਗੀ ਇਹ ਪਾਰਟੀ ਤੱਕ ਪਹੁੰਚਣੀ ਚਾਹੀਦੀ ਆ ਅਤੇ ਮੈਂ ਵੀ ਅਪੀਲ ਕਰੂੰਗਾ ਮਾਂ ਆਪਣੇ ਭਰਾ ਨੂੰ ਭਗਵੰਤ ਮਾਨ ਜੀ ਨੂੰ ਅਤੇ ਕੇਜਰੀਵਾਲ ਸਾਹਿਬ ਨੂੰ ਅਪੀਲ ਕਰੂੰਗਾ ਅਤੇ ਵੀ ਇਹਨਾਂ ਦੀ ਪਰਿਵਾਰ ਦੀ ਰਿਹਾਈ ਲਈ ਜੋ ਵੀ ਕਾਰਵਾਈ ਕਰ ਸਕਦੇ ਨੇ ਤਾਂ ਉਹ ਜਲਦੀ ਤੋਂ ਜਲਦੀ ਕਰਨ ਠੀਕ ਹੈ ਜਿਵੇਂ ਵੀਰਾਂ ਨੇ ਵੀ ਵਾਅਦਾ ਕੀਤਾ ਬਸ ਇਸੇ ਤਰ੍ਹਾਂ ਆਪਾਂ ਹਰ ਇੱਕ ਤੱਕ ਪਹੁੰਚ ਕਰਨੀ ਆ ਇਹ ਮੁੱਦੇ ਨੂੰ ਅਸੀਂ ਹੱਲ ਕਰਾ ਕੇ ਰੱਖਣਾ ਜੇ ਭਗਵੰਤ ਮਾਨ ਹੁਣੀ ਇਸ ਮਸਲੇ ਤੇ ਆਵਾਜ਼ ਨਹੀਂ ਚੱਕਦੇ ਕੇਜਰੀਵਾਲ ਹੱਲ ਨਹੀਂ ਕਰਦਾ ਤਾਂ ਅਸੀਂ ਵਿਰੋਧ ਕਰਾਂਗੇ ਡਟ ਕੇ ਕੋਈ ਐ ਨਹੀਂ ਮਿੱਠੀ ਗੋਲੀ ਨਹੀਂ ਦਿੰਦੇ ਵੀ ਅਸੀਂ ਲੀਡਰਾਂ ਵਾਲੇ ਲਾ ਰਹੇ ਨਹੀਂ ਹੈਗੇ ਸਾਡੇ ਕੋਲੇ ਸਿੱਧੀ ਲਕੀਰ ਆ ਜੇ ਕੋਈ ਇਹ ਹੱਲ ਕਰੂ ਤਾਂ ਠੀਕ ਆ ਨਹੀਂ ਅਸੀਂ ਚੁੱਪ ਨਹੀਂ ਪੈਂਦੇ ਆ ਭੁੱਲਰ ਸਾਹਿਬ ਦਾ ਪਰਿਵਾਰ ਆ ਅਸੀਂ ਜਿੱਥੋਂ ਤੱਕ ਆ ਸਾਰੇ ਸਿੱਖ ਭਰਾ ਪਿਛਲੀ ਵਾਰ ਅਸੀਂ ਡਟ ਕੇ ਇਹਨਾਂ ਦੇ ਨਾਲ ਤੁਰੇ ਸੀ ਆਮ ਆਦਮੀ ਪਾਰਟੀ ਦੇ ਨਾਲ ਇੱਕ ਵੀ ਇਹਨਾਂ ਦਾ ਕਈ ਬੰਦੇ ਹਾਂ ਵੀ ਜੇ ਅਸੀਂ ਘਰੇ ਬੁਲਾਇਆ ਸਾਡੇ ਘਰੇ ਵੀ ਆਇਆ ਸੀ ਇਹ ਹਾਂ ਕਈ ਕਈ ਬੰਦੇ ਕਹਿੰਦੇ ਹੁਣ ਜਦੋਂ ਗੱਲ ਕਰਦੇ ਨਾ ਵੀ ਤੁਹਾਨੂੰ ਬਾਦਲਾਂ ਨੇ ਕਾਂਗਰਸ ਨੇ ਕਿੰਨੇ ਪੈਸੇ ਦਿੱਤੇ ਮੈਂ ਕਹਿੰਦਾ ਉਹਨਾਂ ਵੀ ਭਗਵੰਤ ਮਾਨ ਨੂੰ ਪੁੱਛ ਲਓ ਜਿੰਨੇ ਪੈਸੇ ਪਿਛਲੀ ਵਾਰ ਭਗਵੰਤ ਮਾਨ ਨੇ ਦਿੱਤੇ ਸਾਨੂੰ ਉਹਨੇ ਲਏ ਆ ਪਾਣੀ ਦਾ ਗਲਾਸ ਵੀ ਪੀਤਾ ਹੋਵੇ ਭਗਵੰਤ ਮਾਨ ਬਾਏ ਨੇਮ ਬਾਏ ਫੇਸ ਸਾਰਾ ਕੁਝ ਜਾਣਦਾ ਸਾਰੀਆਂ ਗੱਲਾਂ ਕਿੱਥੇ ਕਿੱਥੇ ਮੀਟਿੰਗਾਂ ਹੋਈਆਂ ਅੱਜ ਇਸ ਮਸਲੇ ਤੇ ਸਾਨੂੰ ਹੋਰ ਕੋਈ ਮਤਲਬ ਨਹੀਂ ਭੁੱਲਰ ਵਾਲੇ ਮਸਲੇ ਭੁੱਲ ਰਿਹਾ ਹੋਣਾ ਜਿਹਦਾ ਭਗਵੰਤ ਮਾਨ ਬੋਲਿਆ ਜਿਵੇਂ ਬਾਕੀ ਮਸਲਿਆਂ ਤੇ ਬੋਲਦਾ ਜੇ ਚੁੱਪ ਆ ਇਹਦਾ ਮਤਲਬ ਉਹ ਜਿਹੜੀ ਗੇਮ ਅੰਦਰ ਖਾਤੇ ਆਰਐਸਐਸ ਵਾਲੀ ਉਹ ਫਿੱਟ ਕਰ ਰਹੇ ਆ ਡਟ ਕੇ ਵਿਰੋਧ ਕਰਾਂਗੇ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ